ਟੂਰਿਜ਼ਮ ਦੀ ਚੋਣ ਲਈ ਸਾਰੇ 166 ਪੋਲਿੰਗ ਬੂਥ ਸੰਵੇਦਨਸ਼ੀਲ ਐਲਾਨੇ ਗਏ ਨੇ। 166 ਪੋਲਿੰਗ ਬੂਥਾਂ 'ਚੋਂ 91 ਅਤਿ ਸੰਵੇਦਨਸ਼ੀਲ ਅਤੇ ਬਾਕੀ 75 ਸੰਵੇਦਨਸ਼ੀਲ ਨੇ। ਇਹ ਪੋਲਿੰਗ ਬੂਥ ਧੂਰੀ ਸ਼ਹਿਰ ਅਤੇ 75 ਪਿੰਡਾਂ 'ਚ ਸਥਿਤ ਨੇ। ਹਲਕੇ ਵਿੱਚ ਕੁੱਲ 1,50,888 ਵੋਟਰ ਨੇ, ਜਿਨ੍ਹਾਂ 'ਚੋਂ 69,772 ਪੁਰਸ਼ ਅਤੇ 71,116 ਔਰਤਾਂ ਨੇ। ਅਤਿ ਸੰਵੇਦਨਸ਼ੀਲ ਬੂਥਾਂ 'ਚੋਂ ਈਸਾਪੁਰ, ਰੂੜਗੜ੍ਹ, ਕਾਤਰੋਂ, ਚੰਗਾਲੀ, ਕਨੌੜੀ ਕਲਾਂ, ਬਮਨ, ਬੱਬਨਪੁਰ, ਮਹਿਮੂਦਪੁਰਾ, ਪਸੌੜ, ਢਡੋਗਲ, ਬਰੜਵਾਲ, ਜਹਾਂਗੀਰ, ਬੁਰਗਾ, ਮੱਲੋਵਾਲ, ਰੰਗੀਆਂ, ਕਾਂਜਲਾ, ਲਾਡਾ, ਬੇਨੜਾ, ਮਨਵਾਲਾ, ਮੀਮਸਾ, ਭੁੱਲਰਹੇੜੀ ਅਤੇ ਭਲਮਾਣ ਪਿੰਡ ਨੇ। ਧੂਰੀ ਸ਼ਹਿਰ ਦੇ ਅੰਦਰਲੇ ਬੂਥ ਵੀ ਅਤਿ ਸੰਵੇਦਨਸ਼ੀਲ ਐਲਾਨੇ ਗਏ ਨੇ। ਧੂਰੀ ਤੋਂ ਬਿਊਰੋ ਰਿਪੋਰਟ, ਪੈਰਾਦਾ TV।